Hey guys, you're watching Easy Production BK. Main hu Azim Bukhari. Today I'm going to react on a Punjabi song. The name is Qismat. The song gaya hai ga ji Ammy Virk te Sargum Mehta naal hai. The suggestion de vich kafi comments sige is bare. Basically main kafi time baad comeback kar rahe hain. The ਸਟੱਡੀ 'ਚ ਬਿਜ਼ੀ ਸੀਗਾ ਅਤੇ ਕਾਫੀ ਦੋਸਤਾਂ ਦੇ ਮੈਸੇਜਿਸ ਇਹ ਤੁਹਾਡਾ ਪਿਆਰ ਹੀ ਆ, ਤੁਸੀਂ ਯਾਦ ਰੱਖਦੇ ਹਾਂ ਅਤੇ ਇਵੇਂ ਯਾਦ ਕਰਦੇ ਰਿਹਾ ਕਰੋ। ਤੋ ਚਲੋ ਸਟਾਰਟ ਕਰਦੇ ਹਾਂ, ਸੁਣਦੇ ਹਾਂ ਕਿ ਕਿਹੋ ਜਿਹਾ ਸੌਂਗ ਆ, ਕੀ ਹੈਗਾ ਇਸ ਸੌਂਗ ਦੇ ਬਾਰੇ 'ਚ ਜੋ ਤੁਸੀਂ ਕਿਹਾ ਕਿ ਮਤਲਬ ਕਿ ਕਾਫੀ ਲੋਕਾਂ ਨੇ ਕਿਹਾ, ਵੀਰਾਂ ਨੇ ਕਿਹਾ ਕਿ ਸੌਂਗ ਬਾਰੇ ਸੁਜੈਸ਼ਨ ਜ਼ਰੂਰ ਦਿਓ। ਅਤੇ ਚਲੋ ਸਟਾਰਟ ਕਰਦੇ ਹਾਂ। ਓਕੇ ਦੁਲਹਨ ਭੱਜੀ ਹੋਈ ਓਕੇ ਰੌਕ ਸਟਾਰ ਹੈ ਬੈਂਡ ਟਾਈਪ ਲਾਈਨ ਤੇ ਚੰਗੀਆਂ ਨੇ nice lines ਕੁੜੀ ਦੀ ਮਰਜ਼ੀ ਦੇ ਅਗੇਂਸਟ ਬੇਸਿਕਲੀ ਹਜੇ ਤੱਕ ਤਾਂ ਇਹੀ ਸਮਝ ਆ ਰਹੀ ਕਿ ਕੁੜੀ ਦੀ ਮਰਜ਼ੀ ਦੇ ਅਗੇਂਸਟ ਵਿਆਹ ਕਰਾਇਆ ਜਾ ਰਿਹਾ ਅਤੇ ਸੌਂਗ ਬਹੁਤ ਵਧੀਆ ਮੈਂ ਕਹਿੰਦਾ ਕਿ ਲਾਈਨਸ ਬਹੁਤ ਕਮਾਲ ਦੀਆਂ ਨੇ ਇਮੋਸ਼ਨਲ ਟਾਈਪ ਐਕਚੁਅਲੀ ਚਲੋ ਜੀ ਮੁੰਡੇ ਵਾਲਿਆਂ ਨੂੰ ਪਤਾ ਲੱਗ ਗਿਆ ਬਟ ਹੁਣ ਕਿਉਂ ਪਿੱਛੇ ਜਾ ਰਿਹਾ ਮੁੰਡਾ ਅੱਛਾ ਗੱਲ ਕਰਨ ਗਿਆ ਲਾਈਕ ਦੱਸਣ ਗਿਆ ਮੇਰਾ ਖਿਆਲ
ਕੀ ਕਵਾਂ ਇਸ ਸੌਂਗ ਦੇ ਬਾਰੇ 'ਚ? ਬੇਸਿਕਲੀ ਮੇਰੇ ਕੋਲ ਵਰਡਸ ਨਹੀਂ ਹੈ, ਸਪੀਚਲੈਸ, ਬਹੁਤ ਜ਼ਿਆਦਾ ਇਮੋਸ਼ਨਲ ਸੌਂਗ ਸੀਗਾ। ਅਤੇ ਯਾਰ ਇੱਦਾਂ ਦੇ ਸੌਂਗ ਆਉਣੇ ਚਾਹੀਦੇ ਆ ਯਾਰ। ਮੇਰਾ ਖਿਆਲ ਹੈ ਕਿ ਬਹੁਤ ਚਿਰ ਬਾਅਦ ਸੁਣਿਆ ਹੋਣਾ, ਅਤੇ ਇਹੋ ਜਿਹਾ ਸੌਂਗ, ਕੋਈ ਪੰਜਾਬੀ ਇੱਕ ਟਰੂ ਲੈਵਲ ਦਾ ਕੋਈ ਸੌਂਗ ਆਇਆ ਨਾ, ਦਿਸ ਇਜ਼ ਵਨ ਆਫ ਦਾ ਬੈਸਟ ਸੌਂਗ। ਅਗਰ ਭੰਗੜਾ ਭੁੰਗੜਾ ਅਤੇ ਨੱਚ ਗਾਣਿਆਂ ਤੋਂ ਸੈਪਰੇਟ ਅਗਰ ਕੋਈ ਟਰੂ ਸਟੋਰੀ ਘੁੰਮਦੀ ਹੋਈ, ਮਤਲਬ ਕਿ ਸੌਂਗ ਦੇ ਵਿੱਚ ਵਾਜਿਆ ਹੋ ਰਹੀ ਹੋਵੇ, ਤਾਂ ਆ ਸੌਂਗ ਐਕਚੁਲੀ, ਅਤੇ ਮੈਂ ਕਹਿੰਦਾ ਕਿ ਇਹਨੂੰ ਬੈਸਟ ਸੌਂਗ ਦਾ ਅਵਾਰਡ ਮਿਲਣਾ ਚਾਹੀਦਾ, ਜਿਹੜਾ ਵੱਡਾ ਮਰਜ਼ੀ ਅਵਾਰਡ ਆ, ਮਤਲਬ ਕਿ ਮਿਲਣਾ ਚਾਹੀਦਾ। ਸੌਂਗ ਦੇ ਬਾਰੇ 'ਚ ਮੈਸੇਜ ਵੀ ਸੀਗਾ ਅਤੇ ਇਮੋਸ਼ਨਲ ਵੀ ਸੀਗਾ, ਐਕਟਿੰਗ ਬਹੁਤ ਕਲਾਸ ਦੀ ਕੀਤੀ, ਦੋਵਾਂ ਨੇ ਬਹੁਤ ਵਧੀਆ ਐਕਟਿੰਗ ਕੀਤੀ। ਮੈਂ ਕਹਿੰਦਾ ਕਿ ਸਰਗੁਣ ਮਹਿਤਾ ਪਹਿਲੇ ਇੱਥੇ ਸੀ, ਹੁਣ ਇੱਥੇ ਚਲੇ ਗਈ, ਅਤੇ ਐਮੀ ਵਿਰਕ ਵੀ, ਉਹ ਵੀ ਪਹਿਲੇ ਇੱਥੇ ਸੀ। ਮੇਰੇ ਪਹਿਲੇ ਫਨੀ ਫਨੀ ਜਿਹਾ ਲੱਗਦਾ ਹੁੰਦਾ ਸੀ ਨਾ, ਫਨੀ ਮੂਵੀਜ਼ ਲਾਈਕ ਨਿੱਕਾ ਜੇਲ ਦਾ, ਲੋਰੀਆਂ ਦੇ ਵਿੱਚ ਉਹਦਾ, ਅਤੇ ਉਸ ਤੋਂ ਬਾਅਦ ਸੌਂਗਸ ਪਹਿਲੇ ਉਹਦੇ ਮੋਸਟਲੀ ਭੰਗੜੇ ਵਾਲੇ ਮੈਂ ਤੇ ਉਹਦੇ ਸੁਣੇ ਆ, ਅਤੇ ਸੈਡ ਸੌਂਗਸ ਵੀ ਹੋਣਗੇ, ਬਿਲਕੁਲ ਹੋਣਗੇ, ਅਤੇ ਮੈਂ ਉਹਦੇ ਭੰਗੜੇ ਵਾਲੇ ਜਾਂ ਫਨੀ ਐਕਟਿੰਗ ਹੀ ਉਹਦੀ ਦੇਖੀ ਆ, ਅਤੇ ਨਿੱਕਾ ਜੇਲਦਾਰ ਮੂਵੀ ਵੀ ਦੇਖੀ ਸੀਗੀ, ਇਹਦੀ ਬਹੁਤ ਅੱਛਾ ਐਕਟਰ ਆ। ਅਤੇ ਮਗਰ ਇਹੋ ਜਿਹਾ ਸੌਂਗ ਨਹੀਂ ਮੈਂ ਸੁਣਿਆ, ਕਿਸੇ ਵੀ ਸਿੰਗਰ ਤਾਂ ਨਹੀਂ ਮੈਂ ਸੁਣਿਆ ਪੰਜਾਬ ਵਾਲੇ ਦੇ ਵਿੱਚ, ਮਤਲਬ ਕਿ ਇਮੋਸ਼ਨਲ ਟਾਈਪ ਜਿਹੜਾ ਹੋਵੇ, ਕਿ ਨਜ਼ਰਾਂ ਸਾਈਡ ਤੇ ਕਰਨ ਨੂੰ ਦਿਲ ਹੀ ਨਹੀਂ ਕਰ ਰਿਹਾ ਸੀਗਾ, ਕਿ ਬੰਦਾ ਨਾ ਇੱਕ ਆਲੇ ਐਕਸਪ੍ਰੈਸ਼ਨ ਆਉਂਦੇ ਸੀਗੇ, ਮਤਲਬ ਕੁੜੀ ਆਪਣਾ ਛੱਡ ਕੇ ਆਈ ਮੁੰਡੇ, ਮਗਰ ਮੁੰਡਾ ਹੁਣੇ ਆਪਣੇ ਵਿਆਹ ਕਰਾ ਕੇ ਤੇ ਸਾਈਡ ਤੇ ਹੋ ਗਏ, ਤਾਂ ਕੁੜੀ ਸਡਨਲੀ, ਕੁੜੀ ਮੈਂ ਕਹਿੰਦਾ ਕਿ ਦਿਲੋਂ ਇੱਕ ਵਾਰੀ ਜਿਹਨੂੰ ਲਾਈਕ ਕਰ ਲਵੇ ਨਾ, ਪਿਆਰ ਕਰ ਲਵੇ, ਤੇ ਕੁੜੀ ਵੱਲੋਂ ਨਾ ਨਿਕਲਣਾ ਮੁਸ਼ਕਲ ਆ। ਲੜਕੀ ਬਹੁਤ ਇਮੋਸ਼ਨਲ ਹੁੰਦੀ ਆ, ਦਿਲ ਉਹਨਾਂ ਦਾ ਥੋੜ੍ਹਾ ਜਿਹਾ ਨਰਮ ਹੁੰਦਾ ਮੁੰਡਿਆਂ ਦੀ ਨਿਸਬਤ। ਮੁੰਡੇ ਆ ਥੋੜ੍ਹਾ ਅਗਰ ਬ੍ਰੇਕਅਪ ਹੋ ਜਾਏ ਨਾ, ਅਗਲੇ ਜਿਮ ਜੁਮ ਸਟਾਰਟ ਕਰ ਲੈਂਦੇ ਆ, ਡਰੈਸਿੰਗ ਚੇਂਜ ਕਰ ਲਈ, ਕਟਿੰਗ ਚੇਂਜ ਕਰ ਲਈ, ਫਿਰ ਉਹਨਾਂ ਨੇ ਉਹ ਲਾਈਕ, ਜਿਵੇਂ ਆਪਾਂ ਵਿੰਡੋ ਖਰੀਦੀ ਆ ਕੰਪਿਊਟਰ ਦੀ, ਹੈਂਗ ਹੋਣ ਲੱਗ ਜਾਏ ਤਾਂ ਵਿੰਡੋ ਕਰੋ ਅਤੇ ਰੀਸਟਾਰਟ ਕਰੋ ਅਤੇ ਚਲਾ ਲਓ, ਅਤੇ ਮਗਰ ਕੁੜੀਆਂ ਦਾ ਹਿਸਾਬ ਹੁੰਦਾ, ਉਹ ਦਿਲ 'ਚ ਲੈ ਕੇ ਬਹਿ ਜਾਂਦੀਆਂ, ਇਮੋਸ਼ਨਲ ਜ਼ਿਆਦਾ ਹੋ ਜਾਂਦੀਆਂ, ਅਤੇ ਹੋਣਾ ਵੀ ਇੱਕੋ ਹੀ ਚਾਹੀਦਾ, ਮਤਲਬ ਕਿ ਇੱਕ ਹੀ ਹੋਣਾ ਚਾਹੀਦਾ, ਕੰਟੀਨਿਊ ਉਹਨੂੰ ਹੀ ਐਂਡ ਤੱਕ ਲੈ ਕੇ ਚੱਲਣਾ ਚਾਹੀਦਾ। ਅਤੇ ਮਜਬੂਰੀਆਂ ਹੁੰਦੀਆਂ ਕਈਆਂ ਦੀਆਂ, ਮਜਬੂਰੀਆਂ ਹੁੰਦੀਆਂ ਨਹੀਂ ਕਰਾ ਸਕਦੇ, ਅਤੇ ਖੈਰ ਬਹੁਤ ਵਧੀਆ ਸੌਂਗ ਸੀਗਾ, 10/10 ਮਾਰਕਸ ਇਹਨੂੰ ਵੱਜਦੇ ਆ ਜੀ। ਅਤੇ ਮੈਂ ਇਹੀ ਕਹਾਂਗਾ ਕਿ ਯਾਰ ਇਹਦਾ ਪਾਰਟ 2 ਵੀ ਆਉਣਾ ਚਾਹੀਦਾ, ਅਤੇ ਦੱਸਿਓ ਤੁਹਾਨੂੰ ਕਿਹੋ ਜਿਹਾ ਸੌਂਗ ਲੱਗਿਆ, ਅਤੇ ਇੱਦਾਂ ਕੋਈ ਸੌਂਗ ਹੋਇਆ ਅਤੇ ਮੈਸੇਜ ਵਾਲਾ ਜਿਹਦੇ ਵਿੱਚ ਇੱਕ ਪ੍ਰੋਪਰ ਮੈਸੇਜ ਹੋਵੇ, ਅਤੇ ਉਹ ਜ਼ਰੂਰ ਮੈਨੂੰ ਸੁਜੈਸਟ ਕਰੀਓ ਕਮੈਂਟ ਦੇ ਵਿੱਚ, ਅਤੇ ਇੱਦਾਂ ਹੀ ਸਪੋਰਟ ਕਰਦੇ ਰਹੋ, ਅਤੇ ਬਹੁਤ ਬਹੁਤ ਜੀ ਸ਼ੁਕਰੀਆ ਤੁਹਾਡਾ, ਆਪਣਾ ਬਹੁਤ ਜ਼ਿਆਦਾ ਖਿਆਲ ਰੱਖੋ, ਟੇਕ ਕੇਅਰ ਐਂਡ ਅੱਲਾ ਹਾਫਿਜ਼।